माल का ख्याल करने बकरियां दा मैं आके चलूं बाहर शाम का टाइम तर बैठे मैं छाई आगे कपड़े धोते फिर मैं बाहर आगे तंदूर मैं घर तक कर दी फिर माल तो पट्ठे वर्दी फिर दिए पर जब दवाइयां देनियां घर का आल पट्ठे टपकानी था लंपड़ घर का करते रहे फिर पहले छनी लांद रहिए ਤਰੀਨ ਲੈ ਕੇ ਪਰਾਂਗਾ ਪਠਨ ਗਈ ਔਰ ਇਹ ਬਾਰਾ ਮਿੰਗਾ ਤਰੋਂ ਨਾ ਕੰਮ ਹੈ ਥੱਕ ਜਾਂਦੀ ਬੜੀ ਹਾਂਜਣੀ ਆਈ ਔਰ ਇਹ ਬਾਰ ਕੰਮ ਹੀ ਕਰਦੇ ਰਹਿੰਦੇ ਹੈ ਮੁਸੀਬਤ ਹਾਂ ਇਹ ਸੜਦਾ ਨੀਰਾ ਤੇਲ ਨਾ ਹੋਣੀ ਤੇ ਸਪਰੇ ਕੋ ਹੋ ਸਕਦੀ ਹੈ ਨਾ ਪੂਰੇ ਦੋ ਘੰਟੇ ਹੋ ਗਏ ਨਾ ਆਈ ਨਾ ਤੇ ਵਧੀ ਜੇ ਪਤਲਾ ਪਤਲਾ ਪਤਲੇ ਪਤਲੇ ਪੱਠੇ ਤੇਲਾ ਬਹੁ ਜ਼ਿਆਦਾ ਸਾਗ ਉਤਿੰਦਾ ਇੱਕ ਥਵੀ ਬਣੀ ਹੈ ਕਿਤਨਾ ਜਗ੍ਹਾ ਇਹ ਸਿਰ ਪੇਟ ਖੜਾਏ ਵੀ ਆਪ ਹੀ ਹੈ ਤਰਲਾ ਹੈ ਚਲੋ ਕੋਈ ਰਾਏ ਦੇ ਦੋ ਚਾਰ ਗੱਟੂ ਹੋ ਵੈਸੇ ਚਲੋ ਆਪਣਾ ਅਸਰ ਕਰ ਰੇਡ ਵੈਸੀ ਲੋ ਆਪਣਾ ਕੋ ਵੇਚ ਕੇ ਬੰਦਾ ਚਲਾ ਲੈਂਦਾ ਤਾਂ ਹਾਲ ਕੋ ਨਹੀਂ ਪਤੀ ਦੇ ਨਹੀਂ ਇਹਨਾਂ ਪੱਥਰ ਨਾ ਪਿੱਛੇ ਵਿੱਚ ਬੰਦਾ ਲੰਘ ਸਕਦਾ ਇਹ ਤਾਂ ਆਦਾ ਵਧਾ ਕੇ ਦਿਹਾੜੇ ਅੱਲਾ ਕਰੇ ਸੀ ਪੱਕ ਵੈਸੀ ਕੋਈ ਪੀਲਾ ਹੁੰਦਾ ਖੜਾ ਹੋ ਗਿਆ ਪੀਲਾ ਤੇ ਇਹ ਵੜ ਕੇ ਖੜ ਟਾਈਮ ਦੀਆਂ ਇਹਦੇ ਲੈ ਕੇ ਕਿਸ ਟਾਈਮ ਰੋਟੀ ਪਕਾਉਣੀ ਕਿਸ ਟਾਈਮ ਖਾਣੀ ਬਾਹਰ ਛੇ ਬੈਠੇ ਉਸ ਟਾਈਮ ਮਾਂ ਸਾਡੀ ਕਿਸ ਟਾਈਮ ਆਉਂਦੀ ਇਹ ਨਹੀਂ ਪਤਾ ਜੀ ਮਾਂ ਕਿਹੜੇ ਕਿਹੜੇ ਕੰਮਾਂ 'ਚ ਨੇ ਸਾਰੀ ਦਿਹਾੜੀ ਤੁਰਦਿਆਂ ਟੱਪ ਪੈਂਦੀ ਹੁਣ ਕੁਛ ਕੁ ਹੌਲ ਗਾਰੀ ਹੋਈ ਸਾਨੂੰ ਕਰਵਾ ਲਵਾਂ ਉਮੀਦ ਕਰਦੀ ਹਾਂ ਠੀਕ ਹੋ ਸੋ ਅੱਲਾ ਪਾਕ ਤੁਹਾਨੂੰ ਫਿਰ ਬਾਤ ਪਿਆਰੇ ਭੈਣ ਭਾਈ ਇਹ ਸਲਾਹ ਤਾਂ ਕੋਈ ਕਰਦਾ ਸੀ ਜੇ ਸਲਾਹ ਤਾਂ ਮੈਂ ਆਪਣਾ ਗੁਜ਼ਰਦੀ ਪਈ ਹਾਂ ਆਪਣੇ ਬੱਚੇ ਫਲੇਂਦੀ ਪਈ ਹਾਂ ਅੱਲਾ ਦੁੱਖ ਦਿੱਤਾ ਬੱਚਿਆਂ ਨੂੰ ਘਰ ਦੀ ਵੀ ਕਰਨੀ ਪੈਂਦੀ ਹੈ ਮਾਲ ਦੀ ਵੀ ਕੀਤੀ ਨਾਲ ਰਾਇਆ ਹੀ ਵਢਾਇਆ ਸਾਰਾ ਕੰਮ ਕਰੀਦਾ ਮੇਰੇ ਪਿਆਰੇ ਭੈਣ ਭਾਈ ਵੀਡੀਓ ਅੱਛੀ ਲੱਗੀ ਹੋਏ ਤਾਂ ਜ਼ਰੂਰ ਸਪੋਰਟ ਕਰੋ ਮੇਰੇ ਪਿਆਰੇ ਭੈਣ ਭਾਈ ਜਿਤਨੇ ਮੇਰੇ ਪਿਆਰੇ ਭੈਣ ਭਾਈਆਂ ਨੇ ਜਿਹਨੇ ਜਿਹਨੇ ਚੈਨਲ ਬਣਾਇਆ ਜ਼ਰੂਰ ਸਪੋਰਟ ਕਰੋ ਜ਼ਰੂਰ ਸਪੋਰਟ ਕਰੋ ਲਾਈਕ ਹੀ ਪਾਓ ਤੇ ਮੇਰੀ ਸਪੋਰਟ ਹੀ ਕਰੋ ਮੈਂ ਬੱਚੇ ਮੇਰੇ ਮੁਸਾਦ ਕਰ ਸਕਦੇ ਨਹੀਂ ਮੇਰਾ ਹੀ ਸਾਰਾ ਬਸ ਜੇ ਮੈਂ ਤਾਂ ਉਦੋਂ ਹੀ ਕਰਦੀ ਰਹੀ ਹਾਂ ਹੁਣ ਤਾਂ ਹੁਣ ਹੀ ਕਰਦੀ ਰਹੀ ਹਾਂ ਹਾਂ ਵਧੇਨੇ ਆ ਬੱਠੇ ਹਲੀ ਛੋਟੀ ਦਾ ਦਿਲ ਹੀ ਨਹੀਂ ਲੱਗਦਾ ਖੜੀ ਰਾਂਦੀ ਬਾਖਦੀ ਰਾਂਦੀ ਲੈ ਲਈ ਜਿਹੜੇ ਛੋੜੀ ਹੱਥ ਸੋਰੇ ਸਾਰੇ ਬੂਟੇ ਖਾ ਛੋੜੇ ਇਹ ਹੁਣ ਖੜਾ ਰਾਏ ਖਾਈ ਇੱਥੇ ਵਾਲੇ ਬੰਦਾ ਸਾਰੇ ਬੂਟੇ ਖਾ ਛੋੜੇ ਵੈਸੀ ਅਚਾਰ ਨਾ ਨਹੀਂ ਮੈਂ ਸੇਵੀਆਂ ਬਣਾਈਆਂ ਮੇਰੇ ਕੋਲ ਰਾਤ ਹੀ ਕੋਈ ਸ਼ੈ ਨਾ ਅਚਾਰ ਆਉਂਦੀ
ਬਰੇਨੀਆਂ ਫਾਦ ਉਠੀਆ ਮਾਨੇ ਦਾ ਦੇਖਿਆ ਨਾ ਮੜੇ ਦੀ ਬਈ ਤੇ ਖਾਣੀ ਕਟ ਖਾਣੀ ਅੰਤੀ ਟਾ ਕਦ ਬਣ ਭਾਈ ਸਾਡੇ ਚੈਨਲ ਸਪੋਰਟ ਕਰ ਔਨ ਚਾਨ ਦੇਖਾ ਮੈਂ ਪੈ ਗਿਦਾ ਨਾ ਅਸਮਾਨ ਨਾ ਗਮ ਬੋਨੇ ਉਹ ਤਾਂ ਕਿ ਮੈਂ ਦਾ ਦੇਖਿਆ ਦਾ ਦੇਖੂ ਮੜੇ ਦੀ ਮੁਸ਼ਕਲ ਬਾਰਿਸ਼ ਦੇ ਕਾਰਨ ਜੋ ਬੇਹਨ ਨਹੀਂ ਹਰ ਪਾਸੇ ਵਜਣਾ ਪਾਉਂਦਾ ਹਾਲਾਤ ਹੀ ਹੋ ਜਾਣ ਕੱਲੀ ਜਾਂਦੇ ਹਰ ਪਾਸੇ ਵੱਜਦੀ ਵੱਜਦੀ ਮਾਲ ਕਹਿੰਦੇ ਇਹਦੇ ਹੁਣ ਮੈਂ ਕਿਹਾ ਚਲੋ ਕੋਈ ਸ਼ੈ ਨਹੀਂ ਪਕਾਉਣ ਦੀ ਚਲੋ ਇਹਨਾਂ ਨੂੰ ਸੇਵੀਆਂ ਬਣਾ ਕੇ ਦੇ ਛੱਡਦੀ ਹਾਂ ਮਿਲਦੀ ਨੀ ਅਜ਼ਾਬ ਅੰਦਰ ਹੀ ਅੰਦਰੇ ਹੀ ਅਜ਼ਾਬ ਹੈ ਜਿੱਥੇ ਹੀ ਕੀ ਕਰਨ ਦਾ ਖੱਪ ਬਹਿੰਦਾ ਅੱਲਾ ਸੋਹਣਾ ਕਦੋਂ ਪਤਾ ਨਹੀਂ ਆਜ਼ਾਦੀਆਂ ਦੇਸੀ ਤੇ ਗੈਸ ਦੇਸੀ ਚਲੋ ਆਪਣੀ ਤੀਲੀ ਲਾਏ ਤੇ ਅੱਧਾ ਕੁ ਕਿਲੋ ਆਈ ਚਲੋ ਬੱਚਿਆਂ ਦੀ ਦੋ ਪਲੇਟਾਂ ਬਣ ਜਾ ਹੋਰ ਤਾਂ ਹੈ ਕਿ ਚਾੜਨ ਦੀ ਕੋਈ ਨਹੀਂ ਬਸ ਮੈਂ ਕਿਹਾ ਚਲੋ ਛੇਤੀ ਅਤੇ ਹੁਣ ਬਣਾ ਕੇ ਦੇ ਛੱਡਦੀ ਹਾਂ ਤੂੰ ਸ਼ਾਮ ਹੋ ਗਈ ਹੈ ਪੱਠੇ ਵੜੇ ਲਿਆ ਵਾ ਲੇਟ ਹੋ ਗਈ ਹੈ ਕੀ ਕਰਾਂ ਹਰ ਪਾਸੇ ਜਿਹਦੇ ਜਾਣਾ ਆਪ ਹੀ ਭਜਣਾ ਅਤੇ ਆਪ ਹੀ ਕਰਨਾ ਅੱਲਾ ਪਾਕ ਕਦੋਂ ਪਤਾ ਨਹੀਂ ਆਜ਼ਾਦੀਆਂ ਦੇਸੀ ਕੀ ਕਰਾਂ ਇਹ ਸਾਰੀ ਦਿਹਾੜੀ ਸੋਚੀ ਦਾ ਅੱਲਾ ਸੋਹਣਿਆ ਤੂੰ ਮੇਰੇ ਨੂੰ ਸਾਜਾਂ ਦੀ ਕੱਟ ਦੇ ਉਹਨੇ ਚੱਲ ਮੇਰੇ ਬੱਚਿਆਂ ਦੀ ਕਿਹਨੇ ਕਰਨੀ ਹੈ ਨਾ ਇਹ ਪਾਣੀ ਚਾਹਵਾ ਅਤੇ ਪੀਣ ਜੋਗੇ ਨਾ ਇਹ ਕਿਸੇ ਪਾਸੇ ਆਪਣਾ ਖਤਰਾ ਹੀ ਰਹਿ ਜਾਂਦਾ ਜਿਹਦੇ ਜਾਈਦਾ ਖਿਆਲ ਰੱਖੀਦਾ ਬੱਚਿਆਂ ਦੇ ਵੇਖੀਦਾ ਵੀ ਜ਼ਹਿਨ 'ਚ ਰਹੀਦਾ ਕੀ ਬਣਦਾ ਪਿਆ ਅੱਲਾ ਕਦੀ ਤਾਂ ਇਹਨਾਂ ਦੀ ਘੱਟਦੇ ਹੀ ਸਹੀ ਨਾ ਪਾਣੀ ਹੋ ਗਿਆ ਗਰਮ ਹੁਣ ਪਾ ਦੇ ਮੋਟੀਆਂ ਸਹੀ ਹੈ ਸੇਵੀਆਂ ਤਾਂ ਬਰੀਕ ਪਾਈ ਦਾ ਪਾਣੀ ਕਿਹਨੂੰ ਦੇਵਾਂ ਅੱਛਾ ਦੇ ਲੈਣੀ ਤੁਹਾਡਾ ਤਾਂ ਪਕਾ ਖਵਾ ਲਵਾਂ ਤੁਹਾਨੂੰ ਬਿਜਲੀ ਆਉਂਦੀ ਤਾਂ ਪੱਠੇ ਚੁੱਕਣੇ ਹਨੇਰਾ ਆਓ ਵੈਸੀ ਤੁਹਾਡਾ ਖਿਆਲ ਕਰਕੇ ਟੱਪਿਆ ਕਰ ਪੁੱਤਰ ਅੱਗੋਂ ਪੱਕੀ ਜਗ੍ਹਾ ਹੀ ਇਹਦਾ ਖਿਆਲ ਕਰਕੇ ਵੰਜ ਬਹੁ ਅੱਲਾ ਤੁਹਾਨੂੰ ਤੰਦਰੁਸਤੀ ਦੇਵੇ ਮੈਂ ਹੁਣ ਪਕਾ ਲੈਣੀ ਅਤੇ ਦੇਣੀ ਆ ਤੁਹਾਨੂੰ ਕਦੀ ਮੇਰੇ ਪਿਆਰੇ ਭੈਣ ਭਾਈ ਮੇਰੀ ਕੋਈ ਮਾੜੀ ਜਿਹੀ ਵੀਡੀਓ ਵੇਖਦੇ ਹੱਸਿਓ ਨਾ ਮੇਰੇ ਪਿਆਰੇ ਭੈਣ ਭਾਈ ਮੇਰੀ ਸਪੋਰਟ ਕਰੋ ਕਿਉਂ ਨਹੀਂ ਵੀ ਸਪੋਰਟ ਕਰਿਆ ਜੇ ਮੇਰੇ ਬੱਚਿਆਂ ਦੀ ਮੈਂ ਬੱਚੇ ਵਾਸਤੇ ਚੈਨਲ ਬਣਾਇਆ ਵੀ ਚਲੋ ਅੱਲਾ ਮਿਹਨਤ ਪੱਲੇ ਪਾਵੇ ਅੱਲਾ ਇਹਨਾਂ ਨੂੰ ਤੰਦਰੁਸਤੀ ਦੇਵੇ ਇਹਨਾਂ ਦਾ ਇਲਾਜ ਕਰ ਸਕਾਂ ਇਹਨਾਂ ਦੇ ਕੋਈ ਖਾਵਣ ਪੀਵਣ ਇਹਨਾਂ ਦਾ ਕੋਈ ਕਰ ਸਕਾਂ
ਅੱਲਾ ਪਾਕ ਤੁਹਾਨੂੰ ਤੰਦਰੁਸਤੀ ਦੇਵੇ। ਹਾਲਾਤ ਇਹੋ ਜਿਹਾ ਮੰਗਿਆਈ ਹੈ, ਕੋਈ ਸ਼ਲਮ ਦੀ ਬਾਹ ਨਹੀਂ, ਕਿਹੜੀ ਸ਼ਾਇਦ ਬੰਦਾ ਪਕਾਵੇ ਤੇ ਲੈ ਆਵੇ ਤੇ ਥੋੜ੍ਹੀ ਕੁਛ ਹੋਵੇ ਤਾਂ ਲਾਇਆ। ਅੱਛਾ ਕਦੀ ਅੱਲਾ ਦੇਸੀ ਸਹੀ ਦਿਲ ਤਾਂ ਕਰਦਾ ਹਰ ਸ਼ਾਇਦ ਬੱਚਿਆਂ ਨੂੰ ਵਿਆਹ ਕੇ ਖਵਾਉਣ, ਹਿੰਮਤ ਹੀ ਨਹੀਂ ਆਉਂਦੀ ਪਈ। ਅੱਛਾ ਅੱਲਾ ਦੇਸੀ, ਅੱਲਾ ਇਹਨਾਂ ਨੂੰ ਸੌਖੀ ਦੇਸੀ ਅਤੇ ਰੱਬ ਸੋਹਣਾ ਇਹਨਾਂ ਦਾ ਕੋਈ ਵਸੀਲਾ ਬਾਣੀ ਪਈ ਸੀ ਨਾ। ਅੱਲਾ ਤੂੰ ਮੇਰੀ ਮਦਦ ਆ, ਅੱਲਾ ਪਾਕ ਆ ਮਦਦ ਆ ਮੇਰੀ, ਰੱਬ ਸੁਣਿਆ ਨਾ ਵੀ ਮੇਰੇ ਬੱਚਿਆਂ ਦੀ ਦੁੱਖ ਦੂਰ ਕਰ, ਅੱਲਾ ਮੇਰੀਆਂ ਦੁਨੀਆਂ ਤਕਲੀਫਾਂ ਦੂਰ ਕਰ, ਅੱਲਾ ਮੇਰੇ ਬੱਚਿਆਂ ਨੂੰ ਤੰਦਰੁਸਤੀ ਦੇ। ਲਾ ਨਹੀਂ ਸਕਦਾ ਬਹੁ ਵਾਲਾ ਲੱਗ ਗਿਆ ਥੋੜ੍ਹੀ ਜਿਹੀ ਬਸ ਦੇ, ਛੇਤੀ ਛੇਤੀ ਵਾਲਾਂ ਨੂੰ ਪਕਾ ਕੇ ਦੇ ਦੇਵਾਂ ਤਾਂ ਬਾਅਦ ਹੀ ਵੱਟ ਬਿਜਲੀ ਆ ਜਾਣੀ ਸੀ, ਵੱਟ ਪੱਠੇ ਟੁੱਕ ਕੇ ਤਾਂ ਮਾਂ ਨੂੰ ਪਾ ਲੈਂਦੇ ਹਾਂ ਗਾਂ ਹੀ ਚੋਣੀ। ਦੋ ਉਬਾਲੇ ਆਏ ਤੇ ਬਸ ਬਣ, ਅੱਲਾ ਸੋਹਣਾ ਹਿੰਮਤ ਦੇਵੇ ਤੇ ਮੈਂ ਤਾਂ ਵਾਹਵਾ ਸਾਰੀ ਮੰਗਾ ਕੇ ਤੇ ਮੈਂ ਰੱਖੇ ਜੀ ਦੇ ਦਿਲ ਕੀਤਾ ਫਿਰ ਬਣਾ ਕੇ ਦੇ ਦੇਸੀ ਸਹੀ ਅੱਲਾ ਇਹ ਧੀਆਂ ਅੱਗੇ ਬਣਾਈਆਂ ਤਾਂ ਧੀਆਂ ਮੈਂ ਕਿਹਾ ਚਲੋ ਦੋ ਪਲੇਟਾਂ ਬਣ ਲੈਂਦੀਆਂ। ਸੋਹਣਾ ਹੀ ਲਿਆਂਦਾ ਚਾਹ ਕੇ ਖਿਆਲ ਸ਼ਾਇਦ ਖਾਣੀ ਭਰ ਕੇ ਰੱਖਦੇ ਹਾਂ। ਪੀਲਾ ਸਰਦ ਕੀ ਉਬਾਲ ਕੇ ਰੱਖੇ ਨੇ, ਹੁਣ ਘਿਓ ਗਰਮ ਕਰਕੇ ਤੇ ਉੱਥੇ ਚੀਨੀ ਪਾ ਦੇਣੀ ਹੈ ਤੇ ਉੱਥੇ ਸੇਵੀਆਂ ਪਾ ਦੇਣੀ। ਸੇਵੀਆਂ ਉੱਤੋਂ ਪਾ ਦੇ ਵਿੱਚੇ ਹੱਲ ਹੋ ਗਏ ਸੀ ਮਿੱਠਾ ਹੀ ਤੇ ਘਿਓ ਹੀ ਕੱਚਾ ਹੋ ਗਿਆ ਨਾ, ਗਰਮ ਚੀਨੀ ਵਿੱਚ ਰਲ ਗਈ ਸੀ ਬਸ ਬਣ ਗਈ। ਚਲੋ ਪਲੇਟ ਪਲੇਟ ਆ ਗਏ ਸੀ ਬੜੀ ਨੇ, ਦੋਵਾਂ ਭੈਣ ਬਿਰਾਂ ਦਾ ਬਸ ਗੁਜ਼ਾਰਾ ਹੋ ਗਿਆ, ਮੈਂ ਥੋੜ੍ਹੀਆਂ ਜਿਹੀ ਬਸ ਖਾਣੀਆਂ ਨੇ ਥਿੰਦੀਆਂ ਨੇ, ਜ਼ਿਆਦਾ ਸਾਹ ਦਾ ਮਸਲਾ ਬਣ ਪੈਂਦਾ ਦੇ ਆ ਸਾ। ਅੱਗਾਂ ਤਾਂ ਸੇਵੀ ਮੰਗਾ ਰਹੀ ਛੇਤੀ ਛੇਤੀ ਬੰਦਾ ਪਕਾ, ਨਹੀਂ ਟਾਈਮ ਲੱਗਦਾ ਤਾਂ ਛੇਤੀ ਛੇਤੀ ਪਕਾ ਕੇ ਆਪਣਾ ਰੱਖੀਆਂ।
ਪਿਆਰੇ ਭੈਣ ਭਾਈਆਂ ਨੂੰ ਵਿਖਾਈ ਨਹੀਂ ਆਪਣੇ ਬੱਚੇ ਨੂੰ ਵਾਸਤੇ ਸੇਵੀਆਂ ਬਣਾ ਕੇ ਲਾਇਆ ਹੋਈਆਂ ਮੈਂ ਕਿਹਾ ਮੇਰੇ ਬਾਲ ਬੈਠੇ ਨਾ ਰਵਣ ਮੈਂ ਛੇਤੀ ਇਹਦੇ ਮੈਂ ਬਾਅਦ ਜਾਣ ਕੇ ਗਾਂ ਹੀ ਚੋਣੀ ਹਾਂ ਅਤੇ ਬਾਅਦ ਦੇ ਪੱਠੇ ਟੁਕੇ ਸੁਣਦੇ ਪਹਿਲਾਂ ਮੈਂ ਕਿਹਾ ਮੈਂ ਬਾਲਾਂ ਦੇ ਲਵਾਂ ਸੇਵੀਆਂ ਬਣਾ ਕੇ ਮੇਰੇ ਪਿਆਰੇ ਭੈਣ ਭਾਈ ਕੋਈ ਸੋਹਣੀ ਅੱਛੀ ਵੀਡੀਓ ਲੱਗੀ ਹੋਵੇ ਤਾਂ ਜ਼ਰੂਰ ਸਪੋਰਟ ਕਰੇ ਅਤੇ ਕੰਮ ਬੜਾ ਕਰਨਾ ਮਾਲਸ਼ਾਲ ਦੇ ਹੁਣ ਪੱਠੇ ਟੁੱਕਣੇ ਨੂੰ ਗਾਂ ਹੀ ਚੋਣੀ ਹੈ ਅਤੇ ਮੇਰੇ ਪਿਆਰੇ ਭੈਣ ਭਾਈ ਐਂਡ ਕਰਦੇ ਹਾਂ ਅਤੇ ਅੱਲਾ ਹਾਫਿਜ਼ ਅੱਲਾ ਹਾਫਿਜ਼।